ਅਤੇ ਅੱਜ ਮੈਂ ਆਹ ਵੀ ਅਨਾਊਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇ ਪੀ ਜੀ ਇੱਥੋਂ ਦੇ ਉਮੀਦਵਾਰ। ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ। ਹੁਸ਼ਿਆਰਪੁਰ ਤੋਂ ਸਰ ਸੋਹਣ ਸਿੰਘ ਠੰਡਲ ਸਾਹਿਬ ਹੋਣਗੇ। ਫਿਰੋਜ਼ਪੁਰ ਤੋਂ ਸਰ ਗੁਰਦੇਵ ਸਿੰਘ ਬੌਬੀ ਮਾਨ ਹੋਣਗੇ। ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ, ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ, ਉਹ ਸਾਡੇ ਚੰਡੀਗੜ੍ਹ 'ਤੇ ਹੋਣਗੇ। ਇੱਕ ਬਠਿੰਡੇ ਦਾ ਰਹਿ ਗਿਆ ਕਰ, ਉੱਥੋਂ ਗੈਸ ਕਰੋ ਕੌਣ। ਆਈ ਪੀ ਸਿੰਘ 'ਤੇ ਛੱਡ ਦਿੰਦੇ ਹਾਂ, ਆਈ ਪੀ ਦੱਸ ਜੀ ਨੂੰ ਚਾਹੁੰਦਾ, ਅਧਿਕਾਰ ਦੇ ਦਿੱਤੇ ਤੈਨੂੰ। ਕੁਐਸਚਨ ਦਾ ਤੁਸੀਂ ਮਨ ਕਰਦਾ ਹੋਣਾ। ਐਸ ਲੌਂਗ ਐਸ ਇਟਸ ਨਾਟ ਅਨਾਊਂਸਡ, ਗੈਸ ਤਾਂ ਕਰਨਾ ਹੀ ਪੈਣਾ। ਸੋ ਬਠਿੰਡੇ ਤੋਂ ਵੀ ਹਰਸਿਮਰਤ ਕੌਰ ਪਾ ਦਿਓ। ਅੱਜ ਮੈਂ ਆਹ ਵੀ ਅਨਾਊਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇ ਪੀ ਜੀ ਇੱਥੋਂ ਦੇ ਉਮੀਦਵਾਰ ਬਾਕੀ ਸੀਟਾਂ ਦਾ ਵੀ ਮੈਂ ਅਨਾਊਂਸਮੈਂਟ ਕਰਨ ਲੱਗਿਆ, ਕਿਉਂਕਿ ਤੁਸੀਂ ਸਾਰੇ ਇਕੱਠੇ ਹੀ ਹੋਏ ਹਾਂ। ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਅਤੇ ਹੁਸ਼ਿਆਰਪੁਰ ਤੋਂ ਸਰ ਸੋਹਣ ਸਿੰਘ ਠੰਡਲ ਸਾਹਿਬ ਹੋਣਗੇ। ਫਿਰੋਜ਼ਪੁਰ ਤੋਂ ਸਰ ਗੁਰਦੇਵ ਸਿੰਘ ਬੌਬੀ ਮਾਨ ਹੋਣਗੇ ਅਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ, ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ, ਉਹ ਸਾਡੇ ਚੰਡੀਗੜ੍ਹ 'ਤੇ ਹੋਣਗੇ। ਇੱਕ ਬਠਿੰਡੇ ਦਾ ਰਹਿ ਗਿਆ ਕਰ, ਉੱਥੋਂ ਗੈਸ ਕਰੋ ਕੌਣ। ਆਈ ਪੀ ਸਿੰਘ 'ਤੇ ਛੱਡ ਦਿੰਦੇ ਹਾਂ, ਆਈ ਪੀ ਦੱਸ ਜੀ ਨੂੰ ਚਾਹੁੰਦਾ, ਅਧਿਕਾਰ ਦੇ ਦਿੱਤੇ ਤੈਨੂੰ। ਕੁਐਸਚਨ ਦਾ ਤੁਸੀਂ ਮਨ ਕਰਦਾ ਹੋਣਾ। ਐਸ ਲੌਂਗ ਐਸ ਇਟਸ ਨਾਟ ਅਨਾਊਂਸਡ, ਗੈਸ ਤਾਂ ਕਰਨਾ ਹੀ ਪੈਣਾ। ਸੋ ਬਠਿੰਡੇ ਤੋਂ ਵੀ ਹਰਸਿਮਰਤ ਕੌਰ ਬਾਦਲ। ਅੱਜ ਮੈਂ ਆਹ ਵੀ ਅਨਾਊਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇ ਪੀ ਜੀ ਇੱਥੋਂ ਦੇ ਉਮੀਦਵਾਰ ਹੋਣਗੇ। ਬਾਕੀ ਸੀਟਾਂ ਦਾ ਵੀ ਮੈਂ ਅਨਾਊਂਸਮੈਂਟ ਕਰਨ ਲੱਗਿਆ, ਕਿਉਂਕਿ ਤੁਸੀਂ ਸਾਰੇ ਇਕੱਠੇ ਹੀ ਹੋਏ ਹਾਂ। ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਅਤੇ ਹੁਸ਼ਿਆਰਪੁਰ ਤੋਂ ਸਰ ਸੋਹਣ ਸਿੰਘ ਠੰਡਲ ਸਾਹਿਬ ਹੋਣਗੇ। ਫਿਰੋਜ਼ਪੁਰ ਤੋਂ ਸਰ ਗੁਰਦੇਵ ਸਿੰਘ ਬੌਬੀ ਮਾਨ ਹੋਣਗੇ ਅਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ, ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ, ਉਹ ਸਾਡੇ ਚੰਡੀਗੜ੍ਹ 'ਤੇ ਹੋਣਗੇ। ਇੱਕ ਬਠਿੰਡੇ ਦਾ ਰਹਿ ਗਿਆ ਕਰ, ਉੱਥੋਂ ਗੈਸ ਕਰੋ ਕੌਣ। ਆਈ ਪੀ ਸਿੰਘ 'ਤੇ ਛੱਡ ਦਿੰਦੇ ਹਾਂ, ਆਈ ਪੀ ਦੱਸ ਜੀ ਨੂੰ ਚਾਹੁੰਦਾ, ਅਧਿਕਾਰ ਦੇ ਦਿੱਤੇ ਤੈਨੂੰ।
ਕੁਐਸਚਨ ਤਾਂ ਤੂੰ ਵੀ ਮਨ ਕਰਦਾ ਹੋਣਾ ਐਸ ਲੌਂਗ ਐਸ ਇਟਸ ਨਾਟ ਅਨਾਉਂਸਡ ਗੱਸ ਤਾਂ ਕਹਿੰਦੇ ਪੈਣਾ ਸੋ ਬਠਿੰਡੇ ਤੋਂ ਵੀ ਹਰਸਿਮਰਤ ਕੌਰ ਬਾਦਲ